ਮਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਕਈ ਏਰੀਆ ਦੇ ਵਿੱਚ ਸ਼ਿਕਾਇਤਾਂ ਮਿਲ ਰਹੀ ਸੀ ਕਿ ਕੋਈ ਬੈਡ ਅਨਸਰ ਰਾਤ ਨੂੰ ਗੇੜੀ ਰੂਟ ਕਰਦੇ ਆ ਜਾਂ ਨਸ਼ੇ ਨੂੰ ਲੈ ਕੇ ਵੀ ਜਿਹੜਾ ਹੈਗਾ ਬਾਹਰ ਤੋਂ ਆ ਕੇ ਆਊਟਸਾਈਡਰ ਨਸ਼ਾ ਵੇਚਦੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਨੇ ਹੁਣ ਤੱਕ ਦੀ ਗੱਲ ਕਰ ਲਈਏ ਕਈ ਲੋਕਾਂ ਨੂੰ ਰਾਉਂਡ ਅਪ ਕੀਤਾ ਹੈ ਕਈ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕਈ ਗੱਡੀਆਂ ਜਿਹੜੀਆਂ ਉਹ ਇੰਪੌਂਡ ਕੀਤੀ ਹੈ ਪੂਰੀ ਰਾਤ ਸਰਚ ਆਪਰੇਸ਼ਨ ਕੀਤਾ ਹੈ ਸਾਡੇ ਨਾਲ ਐਸ ਐਚ ਓ ਜ਼ੀਰਕਪੁਰ ਸੇਖੋ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਉਂਕਿ ਲੋਗੜ ਰੋਡ ਤੇ ਜਾਂ ਫਿਰ ਜਿਹੜਾ ਆਊਟਸਾਈਡਰ ਜਿਹੜੀ ਸਾਹਮਣੇ ਆ ਰਹੀ ਸੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਉਹਦੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕੱਲ ਰਾਤ ਅਸੀਂ ਇੱਕ ਸਰਚ ਆਪਰੇਸ਼ਨ ਚਲਾ ਕੇ ਸਾਰੀ ਰਾਤ ਸਪੈਸ਼ਲ ਨਾਕਾਬੰਦੀ ਕਰਕੇ ਜੋ ਨਾਕਾਬੰਦੀ 4 ਸਵੇਰ ਦੇ 4 ਵਜੇ ਤੱਕ ਕੰਟੀਨਿਊ ਹੋਈ ਹੈ ਅਸੀਂ ਤਕਰੀਬਨ 14 ਬੰਦਿਆਂ ਦੀ ਅਰੈਸਟ ਪਾਈ ਹੈਗੀ ਐ ਤੇ ਪੰਜ ਵਹੀਕਲਸ ਨੂੰ ਇੰਪਾਉਂਡ ਕੀਤਾ ਹੈ ਜਿੱਚੋਂ ਇੱਕ ਬਾਈਕ ਹੈਗੀ ਐ ਇੱਕ ਐਕਟਿਵਾ ਹੈਗਾ ਤੇ ਤਿੰਨ ਕਾਰਸ ਹੈਗੀਆਂ ਨੇ ਇੱਕ ਸਕੋਰਪੀਓ ਕਾਰ ਹੈਗੀ ਐ ਇੱਕ ਟੀਯੂਵੀ ਕਾਰ ਹੈਗੀ ਐ ਇੱਕ ਹੋਰ ਚੀਜ਼ ਵਰਥ ਮੈਂਸ਼ਨਿੰਗ ਹੈਗੀ ਐ ਕਿ ਇਹਨਾਂ ਚੋਂ ਜਿਹੜੀ ਇੱਕ ਕਾਰ ਹੈਗੀ ਐ ਉਹਨੇ ਜਿਹੜਾ ਇੱਕ ਪੁਲਿਸ ਦਾ ਇੱਕ ਲਾਈਟ ਹੁੰਦੀ ਹੈਗੀ ਐ ਜੋ ਬੀਕਨ ਹੁੰਦਾ ਹੈਗਾ ਉਹ ਇਹ ਬੰਦਾ ਉਹ ਸਪੀਕਰ ਨੂੰ ਵੀ ਯੂਜ਼ ਕਰ ਰਿਹਾ ਸੀਗਾ ਤਾਂ ਇਸ ਚੋਂ ਜੋ ਵੀਡੀਓ ਦੇ ਰਹੀ ਵੀ ਇਹ ਚੀਜ਼ ਸਾਡੇ ਸਾਹਮਣੇ ਆਈ ਹੈ ਕਿ ਵੀ ਕੁਝ ਏਰੀਆਜ਼ ਹੈਗੇ ਨੇ ਜ਼ਿਰਖਪੁਰ ਦੇ ਵਿੱਚ ਜਿੱਥੇ ਕਿ ਕੁਝ ਲੋਕ ਰਾਤ ਨੂੰ ਰਾਤ ਦਾ ਫਾਇਦਾ ਉਠਾਉਂਦੇ ਹੋਏ ਕੁਝ ਗੈਰ ਕਾਨੂੰਨੀ ਐਕਟੀਵਿਟੀਜ਼ ਇਨਵੋਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਨਕੇਲ ਪਾਉਣ ਵਾਸਤੇ ਸਾਡਾ ਅਭਿਆਨ ਚੱਲਿਆ ਹੈਗਾ ਸਰ ਰੈਸੀਡੈਂਟਸ ਦਾ ਇਲਜ਼ਾਮ ਹੈ ਕਿ ਜਿਹੜੇ ਰਾਤ ਨੂੰ ਫੂਡ ਸਟਰੀਟ ਖੋਲੇ ਹੁੰਦੇ ਨੇ ਉੱਥੇ ਕਾਫੀ ਜ਼ਿਆਦਾ ਹੁੱਲੜਬਾਜੀ ਹੁੰਦੀ ਹੈ ਆਊਟਸਾਈਡਰ ਆ ਕੇ ਉੱਥੇ ਜਿਹੜੇ ਹੈਗਾ ਹੁਰਦੰਗ ਕਰਦੇ ਆ ਉਸ ਨੂੰ ਲੱਪਣ ਵਾਸਤੇ ਕਿਸ ਤਰ੍ਹਾਂ ਦੀ ਕੋਲੀਜ਼ ਦੀ ਤਿਆਰੀ ਹੈ ਈਵਨ ਯਸਟਰਡੇ ਤਕਰੀਬਨ ਰਾਤ ਨੂੰ 10:30 ਵਜੇ ਇੱਕ ਟੀ ਵੈਂਡਿੰਗ ਸ਼ਾਪ ਹੈਗੀ ਹੈ ਜੀ ਉੱਥੇ ਵੀ ਰਾਤ ਦੋ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋਈ ਹੈਗੀ ਹੈ ਇਮੀਡੀਏਟਲੀ ਅਸੀਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਉਹਨਾਂ ਚੋਂ ਪੰਜ ਬੰਦੇ ਰਾਉਂਡ ਅਪ ਕਰ ਲਏ ਹੈਗੇ ਨੇ ਵੀ ਹੈਵ ਅਰੈਸਟਡ them ਜੀ ਤੇ ਬਟ ਵੀਲ ਮੇਕ ਸ਼ੋਰ ਕਿ ਵਿਦ ਕੰਟੀਨਿਊਸ ਪੈਟਰੋਲਿੰਗ ਜੋ ਵੀ ਹੈਗੀਆਂ ਨੇ ਕੋਈ ਵੀ ਸ਼ਾਪਸ ਹੈਗੀਆਂ ਨੇ ਜਾਂ ਵੈਂਡਸ ਹੈਗੀਆਂ ਨੇ ਇਹਨਾਂ ਨੂੰ ਟਾਈਮ ਸਿਰ ক্লোজিং ਵੀ ਕਰਵਾ ਕੇ ਜਾਂ ਜੇ ਕੋਈ ਉਸ ਤੋਂ ਉਸ ਚੀਜ਼ ਨੂੰ ਵਾਇਲਟ ਕਰਦਾ ਤਾਂ ਉਹਨਾਂ ਖਿਲਾਫ ਐਫ ਆਈ ਆਰ ਰਜਿਸਟਰ ਕਰਕੇ ਕਿ ਰਾਤ ਨੂੰ ਲੋਕਾਂ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਵੇ ਸਰ ਜਿਸ ਨੂੰ ਜਿਸ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਜਿਹੜੇ 14 ਜਿਹੜੇ ਤੁਸੀਂ ਅਰੈਸਟ ਕੀਤੇ ਇਹਦੇ ਵਿੱਚ ਕੋਈ ਰਿਕਵਰੀ ਵਗਾਰਾ ਵੀ ਫਿਲਹਾਲ ਐਜ਼ ਆਫ ਨਾਓ ਇਹਨਾਂ ਤੋਂ ਕੋਈ ਐਨ ਡੀ ਪੀ ਐਸ ਦੀ ਰਿਕਵਰੀ ਨਹੀਂ ਹੈਗੀ ਲੇਕਿਨ ਅਸੀਂ ਤਕਰੀਬਨ 3 ਦਿਨ ਪਹਿਲਾਂ 3 ਕਿਊਸ ਦੇ ਖਿਲਾਫ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਐਨ ਡੀ ਪੀ ਐ ਪੰ 170 ਗ੍ਰਾਮ ਚਿੱਟੇ ਦੀ ਰਿਕਵਰੀ ਹੈਗੀ ਹੈ ਤੇ ਉਹ ਉਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਤੇ ਅਸੀਂ ਲੱਗੇ ਹੋਏ ਹਾਂ ਤਾਂ ਹੋਪਫੁਲੀ ਅਸੀਂ ਉਹਨਾਂ ਤੋਂ ਜੋ ਕੋ ਨੈਕਸਟ ਸਟੈਪ ਹੈਗਾ ਉਹਤੇ ਛੇਤੀ ਪਹੁੰਚਾਂਗੇ ਸਰ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਜ਼ੀਰਕਪੁਰ ਬੜਾ ਸੈਂਸਿਟਿਵ ਏਰੀਆ ਹੈ ਕਿਉਂਕਿ ਇਸ ਪਾਸੇ ਹਰਿਆਣਾ ਲੱਗਦਾ ਹੈ ਚੰਡੀਗੜ੍ਹ ਹਿਮਾਚਲ ਤਾਂ ਕਿਸ ਤਰ੍ਹਾਂ ਕੋਆਰਡੀਨੇਸ਼ਨ ਕੀਤੀ ਜਾ ਰਹੀ ਕਿਉਂਕਿ ਦੇਖਿਆ ਜਾ ਗਿਆ ਹੈ ਆਊਟਸਾਈਡਰ ਜਿਹੜੇ ਹੈਗੇ ਉਹ ਆ ਕੇ ਬੜੀ ਆਸਾਨੀ ਨਾਲ ਕੋਈ ਕ੍ਰਾਈਮ ਕਰਦੇ ਉੱਥੋਂ ਭੱਜ ਜਾਂਦੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਕੋਆਰਡੀਨੇਸ਼ਨ ਕੀਤੀ ਜਾ ਰਹੀ ਜੋ ਸਾਡਾ ਬਾਰਡਰ ਹੈਗਾ ਵੀ ਸ਼ੇਅਰ ਹੈ ਬਾਰਡਰ ਵਿਦ ਹਰਿਆਣਾ ਐਸ ਵੈਲ ਐਸ ਚੰਡੀ ਹਰਿਆਣਾ ਦੇ ਬਾਰਡਰਿੰਗ ਪੁਲਿਸ ਸਟੇਸ਼ਨਸ ਤੇ ਜੋ ਬਾਰਡਰਿੰਗ ਪੁਲੀ ਕਨਸਰਨ ਪੁਲਿਸ ਆਫਸਰਸ ਹੈਗੇ ਨੇ ਲੇਕਿਨ ਇਹ ਚੀਜ਼ ਦਾ ਅਸੀਂ ਸਪੈਸ਼ਲ ਧਿਆਨ ਰੱਖਦੇ ਹੈਗੇ ਆ ਕਿ ਈਵਨ ਯੈਸਟਰਡੇ देयर ਵਾਸ ਅ ਇੰਟਰ ਸਟੇਟ ਨਾਕਾ ਪੁਟ ਪੁਟ ਅਪ ਬਾਈ ਐਸ ਐਚਓ ਟਕਾਲੀ ਜੋ ਮੇਰੇ ਨਾਲ ਦੇ ਐਡਜੋਇਨਿੰਗ ਪੁਲਿਸ ਸਟੇਸ਼ਨ ਦੇ ਐਸ ਐਚਓ ਹੈਗੇ ਨੇ ਤੇ ਇਸ ਕਰਕੇ ਦਿਸ ਇਜ਼ ਅ ਪ੍ਰਾਇਮਰੀ ਟਾਸਕ ਹੀ ਲਾਈਕ ਜਿਵੇਂ ਕਿ ਕੱਲ ਸੀਗਾ ਕਿ ਇੰਟਰ ਡਿਸਟ੍ਰਿਕਟ ਉਹ ਸੀਲਿੰਗ ਸੀਗੀ ਤਾਂ ਫਿਰ ਕੋਈ ਵੀ ਬੰਦੇ ਜਿਹੜੇ ਬਾਹਰਲੇ ਡਿਸਟ੍ਰਿਕਟਸ ਤੋਂ ਆ ਕੇ ਜਾਂ ਦੂਜੀ ਥਾਵਾਂ ਤੋਂ ਆ ਕੇ ਕੋਈ ਵੀ ਬੈਡ ਐਲੀਮੈਂਟਸ ਅਗਰ ਆਉਂਦੇ ਹੈਗੇ ਨੇ ਤਾਂ ਉਹਨਾਂ ਨੂੰ ਨਕੇਲ ਪਾਉਣ ਵਾਸਤੇ ਸਪੈਸ਼ਲ ਮੁਹਿੰਮ ਚਲਾਈ ਜਾਂਦੀ ਹੈ ਤੇ ਬਿਲਕੁਲ ਜਿਦਾਂ ਸਾਨੂੰ ਨੇ ਕਿਹਾ ਕਿ ਹਾਲਾਂਕਿ 14 ਇਹਦੇ ਵਿੱਚ ਕਾਬੂ ਕੀਤੇ ਗਏ ਨੇ ਹੁਣ ਜਿਹੜੇ ਨਵੇਂ ਕਾਨੂੰਨ ਆਏ ਉਹਦੇ ਤਹਿਤ ਬੀ ਐਨ ਐਸ ਐਸ ਦੇ ਥਰੂ ਜਿਹੜੇ ਹੈਗੇ ਮਾਮਲੇ ਦਾਜ ਕੀਤੇ ਨੇ 14 ਇਹਦੇ ਵਿੱਚ ਕਾਬੂ ਕੀਤੇ ਗਏ ਨੇ ਮਾਮਲਾ ਦਾਜ ਹੋ ਚੁੱਕਿਆ ਹੈ ਹਾਲਾਂਕਿ ਜਿਹੜੀ ਗੱਡੀਆਂ ਜਿਹੜੀ ਇੰਪਾਉਂਡ ਕੀਤੀ ਗਈ ਹੈ ਸਕੋਰਪੀਓ ਟੀ ਯੂ ਵੀ ਡਿਜ਼ਾਇਰ ਜਿਹੜੀ ਸਵਿਫਟ ਦੱਸਿਆ ਜਾ ਰਿਹਾ ਮੋਟਰਸਾਈ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਜਿਹੜੀ ਸਰਪ੍ਰਾਈਜ਼ ਚੈਕਿੰਗ ਜਿਹੜਾ ਕਹਿ ਸਕਦੇ ਆ ਕਿ ਹੋਰ ਨਾਕੇ ਜਿਹੜੇ ਹੈਗੇ ਜਿਹੜੀ ਵੀ ਕੋਈ ਸ਼ੱਕੀ ਹੈ ਉਹਨਾਂ ਨੂੰ ਪੂਰਾ ਡਿਟੇਲ ਕਰਕੇ ਲਗਾਤਾਰ ਪੁੱਛ ਕੇ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਸ਼ਿਕਾਇਤਾਂ ਆ ਰਹੀ ਸੀ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਸੀ ਹੁਣ ਪੁਲਿਸ ਪਾਰਟੀ ਜਿਹੜੀ ਹੈ ਹੋਰ ਜਿਹੜੇ ਸੀਨੀਅਰ ਆਫਿਸਰਸ ਵੱਲੋਂ ਵੀ ਲਗਾਤਾਰ ਰਾਤ ਨੂੰ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਨਾਕੇ ਬੰਦੀ ਜਿਹੜੀ ਆ ਉਹ ਕੀਤੀ ਜਾ ਰਹੀ ਜਿਲ੍ਹਾ ਖਪਤੋ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਰਿਪੋਰਟਿੰਗ ਪੰਜਾਬ